ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਖਿਲਾਫ਼ ਕੱਲ੍ਹ ਸ਼ਾਹਕੋਟ 'ਚ ਪ੍ਰਦਰਸ਼ਨ ਕਰਨਾ ਅਕਾਲੀ ਨੇਤਾਵਾਂ ਨੂੰ ਮਹਿੰਗਾ ਪੈ ਗਿਆ ਕਿਉਂਕਿ ਹਲਕਾ ਸ਼ਾਹਕੋਟ ਦੇ ਰਿਟਰਨਿੰਗ ਅਫਸਰ ਨੇ ਸਰਕਲ ਜਥੇਦਾਰ ਚਰਨ ਸਿੰਘ ਤੇ ਹੋਰ ਨੇਤਾਵਾਂ ਨੂੰ ਨੋਟਿਸ ਭੇਜਿਆ। ਉਹਨਾਂ ਨੇ ਲਿਖਿਆ ਕਿ ਤੁਸੀਂ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ ਸੀ ਕਿ ਸ਼ਾਹਕੋਟ ਉਪਚੋਣਾਂ ਦੇ ਕਾਰਨ ਜ਼ਿਲ੍ਹਾ ਜਲੰਧਰ ਵਿੱਚ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ। ਇਸ ਦੇ ਬਾਵਜੂਦ ਤੁਸੀਂ ਕੱਲ ਸ਼ਾਹਕੋਟ 'ਚ ਵੱਡੇ ਇਕੱਠ ਦੇ ਨਾਲ ਧਰਨਾ ਦੇਣ ਬੈਠ ਗਏ। ਇਸ ਬਾਬਤ ਉਹ ਆਪਣਾ ਜਵਾਬ ਪੇਸ਼ ਕਰਨ ਤੇ ਦੱਸਣ ਕਿ ਤੁਹਾਡੇ ਤੇ ਚੋਣ ਆਚਾਰ ਸੰਹਿਤਾ ਦੇ ਉਲੰਘਣ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇ। ਤੁਹਾਨੂੰ ਦੱਸ ਦਈਏ ਕਿ ਸ਼ੇਰੋਵਾਲੀਆ ਦੇ ਖਿਲਾਫ ਕੱਲ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਹੋਇਆ ਸੀ। ਉਸ ਤੋਂ ਬਾਅਦ ਅਕਾਲੀਆਂ ਨੇ ਲਾਡੀ ਦਾ ਪੁਤਲਾ ਫੂਕਿਆ ਤੇ ਪ੍ਰਦਰਸ਼ਨ ਕੀਤਾ। ਦੇਖੋ ਇਹ ਜਿਹੜਾ ਨੋਟਿਸ ਹੈਗਾ ਰਿਟਰਨਿੰਗ ਆਫਿਸਰ ਸ਼ਾਹਕੋਟ ਦੇ ਹੈਗੇ ਨੇ SDM ਸ਼ਾਹਕੋਟ, ਉਹਨਾਂ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਕਿਉਂਕਿ ਮੇਰੇ ਕੋਲ ਵੀ ਉਹਦੀ ਕਾਪੀ ਆਈ ਹੈ। ਇਹਦਾ ਵਿਸ਼ਾ ਵਸਤੂ ਇਹ ਹੈ ਕਿ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਉੱਥੇ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਔਰ ਪੁਤਲਾ ਸਾੜਿਆ ਗਿਆ ਕੈਂਡੀਡੇਟ ਦਾ। ਇਸ 'ਚ ਦੋ ਇਸ਼ੂਜ਼ ਨੇ, ਇੱਕ ਤਾਂ ਜਿਹੜਾ ਕੋਈ ਕਿਸੇ ਨੇ ਕੋਈ ਰੈਲੀ ਕਰਨੀ ਹੈ, ਕੋਈ ਪ੍ਰੋਸੈਸ਼ਨ ਕਰਨੀ ਹੈਗੀ ਹੈ ਤਾਂ ਉਸਦੀ ਪਹਿਲਾਂ ਆਗਿਆ ਲੈਣੀ ਹੁੰਦੀ ਹੈ ਰਿਟਰਨਿੰਗ ਆਫਿਸਰ 'ਚੋਂ। ਇਸ ਕੇਸ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਆਗਿਆ ਨਹੀਂ ਸੀ ਲਿੱਤੀ ਗਈ। ਦੂਜੀ ਗੱਲ, ਜਿਹੜਾ ਬੇਸਿਕ ਥੰਬ ਰੂਲ ਹੈ ਔਰ ਮੈਂ ਸਾਰੀਆਂ ਪਾਰਟੀਆਂ ਨੂੰ ਇਸ ਗੱਲ ਦੀ ਰਿਕੁਐਸਟ ਕਰਦਾ ਕਿ ਡਿਊਰਿੰਗ ਇਲੈਕਸ਼ਨਸ ਜਿਹੜਾ ਹੈਗਾ, ਇੱਕ ਪਾਰਟੀ ਜਿਹੜੀ ਹੈ ਆਪਦੀਆਂ ਨੀਤੀਆਂ ਲੋਕਾਂ ਮੂਹਰੇ ਰੱਖ ਸਕਦੀ ਹੈ, ਪਰ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਧਰਨਾ ਪ੍ਰਦਰਸ਼ਨ ਕਰਨਾ, ਉਹ ਵੀ ਉਦੋਂ ਜਦੋਂ ਕਿ ਦੂਜੀ ਪਾਰਟੀ ਨੇ ਉਹਨੂੰ ਕੈਂਡੀਡੇਟ ਡਿਕਲੇਅਰ ਕਰ ਦਿੱਤਾ ਹੋਵੇ, ਪੁਤਲੇ ਸਾੜਨਾ ਦਾ ਬਿਲਕੁਲ ਹੀ ਮਾਡਲ ਕੋਡ ਦੀ ਉਲੰਘਣਾ ਹੈਗੀ ਹੈ, ਵਿਅਕਤੀ ਵਿਸ਼ੇਸ਼ 'ਤੇ ਹਮਲੇ ਦੇ ਬਰਾਬਰ ਹੈਗਾ। ਤੋ ਉਸ ਕਰਕੇ ਉਹਨਾਂ ਨੂੰ ਆਪਦਾ ਯਾਨੀ ਕਿ ਜਿਹੜਾ ਹੈਗਾ ਨੋਟਿਸ ਦਿੱਤਾ ਗਿਆ ਸਥਿਤੀ ਸਪਸ਼ਟ ਕਰਨ ਦੇ ਲਈ 24 ਘੰਟੇ ਦਾ। ਪਰ ਇਹਦਾ ਮੁੱਖ ਮਕਸਦ ਸਾਡਾ ਇਹ ਹੈ ਕਿ ਅਸੀਂ ਸਾਰੀਆਂ ਪਾਰਟੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇੱਕ ਸੰਜਮ ਦੇ ਵਿੱਚ ਰਹਿ ਕੇ, ਮਾਡਲ ਕੋਡ ਦੇ ਵਿੱਚ ਰਹਿ ਕੇ ਆਪਦੀ ਯਾਨੀ ਕਿ ਨੀਤੀਆਂ ਲੋਕਾਂ ਸਾਹਮਣੇ ਰੱਖਣ। ਇਸ ਨੋਟਿਸ ਦੇ ਬਾਬਤ ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਦੇ ਅਨੁਸਾਰ ਅਕਾਲੀ ਦਲ ਨੂੰ ਇਸ ਨੋਟਿਸ ਦਾ ਜਵਾਬ 24 ਘੰਟਿਆਂ ਵਿੱਚ ਦੇਣਾ ਪਵੇਗਾ। ਡਿਪਟੀ ਕਮਿਸ਼ਨਰ ਨੇ ਸਾਰੇ ਰਾਜਨੀਤਿਕ ਦਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣ ਕਮਿਸ਼ਨ ਦੀ ਹਿਦਾਇਤਾਂ ਦੇ ਅਨੁਸਾਰ ਹੀ ਚੋਣ ਪ੍ਰਚਾਰ ਕਰਨ। ਉੱਥੇ ਹੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲੰਧਰ ਦੇ ਸਾਰੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਮੁੱਖ ਚੋਣ ਅਧਿਕਾਰੀ ਦੇ ਦੁਆਰਾ ਦਿੱਤੀ ਗਈ ਹਿਦਾਇਤਾਂ ਅਨੁਸਾਰ ਕੰਮ ਕਰ ਰਹੇ ਨੇ ਤੇ ਕਿਸੇ ਦੇ ਦਬਾਅ ਜਾਂ ਪੰਜਾਬ ਸਰਕਾਰ ਦੇ ਦਬਾਅ 'ਚ ਕੰਮ ਨਹੀਂ ਕਰ ਰਹੇ। ਦੇਖੋ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਜੀ, ਇਸ ਵੇਲੇ ਮੈਂ ਤੁਹਾਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਜਿੱਥੇ ਮਾਡਲ ਕੋਡ ਆਫ ਕੰਡਕਟ ਲੱਗ ਜਾਂਦਾ ਹੈਗਾ, ਪੂਰੀ ਐਡਮਿਨਿਸਟ੍ਰੇਸ਼ਨ ਇਨਕਲੂਡਿੰਗ DC ਐਕਟਿੰਗ ਐਜ਼ ਡਿਸਟ੍ਰਿਕਟ ਇਲੈਕਸ਼ਨ ਆਫਿਸਰ ਔਰ SDM ਐਕਟਿੰਗ ਐਜ਼ ਰਿਟਰਨਿੰਗ ਆਫਿਸਰ ਔਰ SSP ਕਿਉਂਕਿ ਸੁਰੱਖਿਆ ਦਾ ਸਾਰਾ ਦੇਖ ਰਿਹਾ, ਅਸੀਂ ਸਾਰੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਡਾਇਰੈਕਟ ਸੁਪਰਵੀਜ਼ਨ ਐਂਡ ਕੰਟਰੋਲ 'ਚ ਹੈਗੇ ਹਾਂ ਐਜ਼ ਪਰ ਦਾ ਕੋਨਸਟੀਟਿਊਸ਼ਨ ਆਫ ਇੰਡੀਆ। ਔਰ ਇਸ ਸਮੇਂ ਸਾਡਾ ਜਿਹੜਾ ਪੂਰਾ ਕੰਟਰੋਲ ਹੈਗਾ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਹੈ, ਨਾ ਕਿ ਸਰਕਾਰ ਕੋਲ ਹੈ। ਤੋ ਇਸ ਤਰ੍ਹਾਂ ਦਾ ਦੋਸ਼ ਜਿਹੜਾ ਹੈਗਾ ਮੈਂ ਉਹਨੂੰ ਬਿਲਕੁਲ ਨਕਾਰਦਾ। ਅਸੀਂ ਬਿਲਕੁਲ ਨਿਊਟਰਲ ਤਰੀਕੇ ਨਾਲ ਕੰਮ ਕਰ ਰਹੇ ਹਾਂ, ਪੂਰੀ ਜਿਹੜੀ ਮਸ਼ੀਨਰੀ ਹੈ ਉਹ ਨਿਊਟਰਲ ਹੈਗੀ ਹੈ। ਸੋ ਮੱਚ ਸੋ ਕਿ ਅਸੀਂ ਜਿਹੜੀ ਹੈਗੀ ਹੈ ਈਵਨ ਰੂਲਿੰਗ ਪਾਰਟੀ ਜਿਹੜੀ ਹੈਗੀ ਹੈ ਉਹਨਾਂ ਦੇ ਇੱਕ ਕੈਂਡੀਡੇਟ ਜਿਹੜਾ ਡਿਕਲੇਅਰਡ ਬੰਦਾ ਉਹਦੇ ਵਿਰੁੱਧ ਕੋਈ ਸ਼ਿਕਾਇਤ ਆਈ ਸੀ, ਉਸ 'ਤੇ ਵੀ ਪੁਲਿਸ ਨੇ ਕਾਰਵਾਈ ਕੀਤੀ ਹੈ ਅਤੇ ਤਫਤੀਸ਼ ਜਾਰੀ ਹੈ। ਆਪ ਜੀ ਦੇਖ ਰਹੇ ਹੋ ਪਟਿਆਲਾ TV, ਪਟਿਆਲਾ TV ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦੇਖ